चंचल तृष्णा संग बसत है यते थिर चंचल कृष्णा संग बसत साधो मन गए
जन नानक जा
ਤਨਵਰ ਦੇਖਣਾ
ਤੇ ਸੋਚਣਾ ਬਸ ਇਹੋ ਹੀ ਜੀਵਨ ਹੈ। ਤਨ ਹੀ ਜੀਵਨ ਇਹ ਤਾਂ ਕਿਸੇ ਦੇ ਅਧੀਨ ਹੈ, ਆਪੇ ਕੁਝ ਵੀ ਨਹੀਂ ਕਰ ਸਕਦਾ। ਇਹ ਮਨ ਦੇ ਅਧੀਨ ਹੈ ਤੇ ਫਿਰ ਮਨ ਕਿਸ ਦੇ ਅਧੀਨ ਹੈ? ਮੈਂ ਹੈਰਾਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦਾਂ ਦੀ ਕਹਾਣੀ ਲਗਭਗ ਮਿਲਦੀ ਹੈ। ਔਰ ਦੋਨੋਂ ਸ਼ਬਦ ਜਿਹੜੇ ਨੇ, ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ, ਇੱਕ ਬਾਬਾ ਕਬੀਰ ਦਾ। ਸਦੀਆਂ ਦਾ ਫਰਕ। ਕਬੀਰ ਕਿਸ ਸਦੀ ਵਿੱਚ ਪੈਦਾ ਹੋਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਖਿਆਲ ਕਿਸ ਸਦੀ ਵਿੱਚ ਮਿਲਿਆ? ਪਰ ਦੋਹਾਂ ਨੇ ਹੀ ਇਸ ਮੁਸ਼ਕਲ ਦਾ ਜ਼ਿਕਰ ਕੀਤਾ ਔਰ ਕਰੀਬ ਕਰੀਬ ਇੱਕੋ ਸ਼ਬਦਾਵਲੀ ਵਿੱਚ ਕੀਤਾ। ਉੱਥੇ ਵੀ ਮਸਲਾ ਮਨ ਦਾ, ਕਿਉਂ? ਕਿਉਂਕਿ ਮਨ ਜਿਹੜਾ ਹੈ ਉਹ ਤਨ ਤੇ ਰਾਜ ਕਰਦਾ ਹੈ। ਜਿਹਦੇ ਹੁਕਮ ਵਿੱਚ ਕੋਈ ਚੀਜ਼ ਹੋਵੇ ਉਹੀ ਰਾਜਾ। ਤਨ ਮਨੁੱਖ ਦਾ ਜੀਵਨ, ਜਦੋਂ ਜੀਵਨ ਦੀ ਸਮਾਪਤੀ ਦਾ ਜ਼ਿਕਰ ਆਉਂਦਾ ਹੈ ਤੇ ਉਦੋਂ ਤਨ ਨਾਲ ਜੀਉ ਵੱਖ ਹੁੰਦਾ, ਤਨ ਹੱਥੋਂ ਚਲਾ ਜਾਂਦਾ ਹੈ। ਤਨ ਦੀ ਸਾਂਝ ਟੁੱਟ ਜਾਂਦੀ ਹੈ। ਇਹ ਕੀ ਕਾਰਨ ਹੈ? ਤਨ ਤੇ ਰਾਜ ਕਰਨ ਵਾਲਾ ਦੂਜੇ ਲਫ਼ਜ਼ਾਂ ਵਿੱਚ ਜੀਵਨ ਤੇ ਰਾਜ ਕਰਦਾ, ਜਿੰਦਾ ਰਾਜ ਹੋਵੇ ਉਹਦੇ ਹੱਥ ਸ਼ਕਤੀ ਹੈ, ਉਹਦੇ ਅੱਗੇ ਸਲਮਨ ਹੈ। ਅੱਜ ਵੀ ਕਦੋਂ ਜਦੋਂ ਆਪਾਂ ਸੰਸਾਰ ਵਿੱਚ ਨਿਗਾਹ ਮਾਰਨੇ ਹਾਂ, ਸਾਡੇ ਸਾਹਮਣੇ ਇੱਕ ਸਮਾਜ ਦਾ ਰੂਪ ਆਉਂਦਾ ਹੈ, ਇੱਕ ਪ੍ਰਜਾ ਦਾ, ਇੱਕ ਰਾਜੇ ਦਾ। ਰਾਜਾ ਉਹ ਹੀ ਜਿਹਦੇ ਸਾਹਮਣੇ ਪ੍ਰਜਾ ਸਲਾਮ ਕਰਦੀ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਉਹ ਸੁਲਤਾਨ, ਉਹ ਬਾਦਸ਼ਾਹ, ਉਹ ਰਾਜਾ ਕਾਹਦਾ ਜਿਹਨੂੰ ਕੋਈ ਸਲਾਮ ਹੀ ਨਹੀਂ ਕਰਨਾ, ਭਾਵਜਨ ਦੇ ਹੁਕਮ ਵਿੱਚ ਕੋਈ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਜਿਹਨੂੰ ਕੋਈ ਸਲਾਮ ਹੀ ਨਾ ਕਰੇ। ਇਸ ਲਈ ਇੱਕ ਖਿਆਲ ਕਰਿਓ, ਰਾਜਾ ਤਾਂ ਆਪਣੀ ਸਲਾਮਤੀ ਲਈ ਤੇ ਆਪਣੇ ਸਾਹਮਣੇ ਸਲਾਮ ਕਰਨ ਵਾਲਿਆਂ ਦੀ ਗਿਣਤੀ ਵਧਾਉਣ ਵਿੱਚ ਹੀ ਜੀਵਨ ਗੁਜ਼ਾਰ ਦਿੰਦਾ ਹੈ, ਕਿਉਂਕਿ ਉਹਦੀ ਖੁਸ਼ੀ ਉਹਦੀ ਆਪਣੀ ਹੋਂਦ ਹੀ ਇਸ ਗੱਲ ਤੇ ਨਿਰਭਰ ਹੈ ਕਿ ਉਹਨੂੰ ਸਲਾਮ ਕਰਨ ਵਾਲੇ ਲੋਕ ਕਿੰਨੇ ਨੇ। ਉਹਦੇ ਲਈ ਉਹ ਅਰ ਮੁਸ਼ਕਤ,
ਲਈ ਹਰ ਕੋਸ਼ਿਸ਼ ਕਰਦਾ ਹੈ ਕਿ ਮੇਰੇ ਸਲਾਮ ਕਰਨ ਵਾਲਿਆਂ ਦੀ ਗਿਣਤੀ ਨਹੀਂ ਘਟਣੀ ਚਾਹੀਦੀ। ਕਿਤੇ ਐਸਾ ਨਾ ਹੋਵੇ ਮੈਨੂੰ ਕੋਈ ਸਲਾਮ ਕਰਨ ਵਾਲਾ ਹੀ ਨਾ ਹੋਵੇ। ਕਿਆ ਸੁਲਤਾਨ ਸਲਾਮ ਹੋਣਾ, ਗੁਰੂ ਨੇ ਆਖਿਆ ਸੁਲਤਾਨ ਹੋਵਾ ਮੇਲ ਲਸਕਰ। ਕਿਸੇ ਵੀ ਉਹਨੂੰ ਲਸ਼ਕਰ ਦੀ ਲੋੜ ਹੈ, ਫੌਜ ਦੀ। ਉਹ ਜੇ ਸਾਧਨ ਅਪਣਾਉਂਦਾ ਹੈ ਜਿਹਦੇ ਨਾਲ ਮੇਰੇ ਸਲਾਮ ਕਰਨ ਵਾਲੇ ਲੋਕ ਜਿਹੜੇ ਨੇ ਉਹ ਲਾਈਨਾਂ ਵਿੱਚ ਲੱਗੇ ਰਹਿਣ, ਉਹਦੇ ਲਈ ਉਹਨੂੰ ਲਸ਼ਕਰ ਦੀ ਲੋੜ ਹੈ, ਫੌਜ ਦੀ ਲੋੜ। ਅਤੇ ਫੌਜ ਦਾ ਕੀ ਕੰਮ ਹੈ? ਲੜਨਾ, ਹਥਿਆਰਬੰਦ ਹੋਣਾ। ਅਤੇ ਹਥਿਆਰਬੰਦ ਹੋਣਾ ਅਤੇ ਲੜਨਾ, ਉਹਦੇ ਵਿੱਚੋਂ ਕੀ ਚੀਜ਼ ਜਨਮ ਲੈਂਦੀ ਹੈ? ਦੁਖਾਂਤ, ਮੌਤ, ਭਾਵੇਂ ਕਿਸੇ ਲਈ। ਲਸ਼ਕਰ ਬਣਿਆ ਤਾਂ ਕਿਸੇ ਨੂੰ ਮਾਰਨ ਲਈ ਹੈ ਨਾ। ਇਹਦਾ ਮਤਲਬ ਮੌਤ ਦਾ, ਕਿਸੇ ਦੀ ਮੌਤ ਦਾ ਸੌਦਾ ਕਰਦਾ ਹੈ ਕੇਵਲ ਸਲਾਮ ਲਈ। ਗੱਲ ਤਾਂ ਸਲਾਮ ਲਈ ਖੜੀ ਹੈ ਨਾ, ਮੈਂ ਸੁਲਤਾਨ ਹੋਵਾਂਗਾ ਤਾਂ ਹੀ ਜੇ ਮੈਨੂੰ ਕੋਈ ਸਲਾਮ ਕਰੇਗਾ। ਕਰੀ ਬੈਠਾ ਸੁਲਤਾਨ ਦੀ ਤਸਵੀਰ ਹੈ। ਉਹਦਾ ਆਰੰਭ ਸਲਾਮ ਨਾਲ ਸੰਬੰਧਿਤ ਹੈ। ਤੇ ਅੱਜ ਵੀ ਸੰਸਾਰ ਅੰਦਰ ਜੇ ਅਸੀਂ ਦੇਖਦੇ ਹਾਂ ਕਿ ਜਿੰਨਾ ਦੁਹਾਂਤ ਸੰਸਾਰ ਦਾ ਵਰਤ ਰਿਹਾ ਹੈ, ਉਹਦੇ ਪਿੱਛੇ ਖਲੋਤਾ ਇੱਕੋ ਖਿਆਲ ਹੈ ਕਿ ਮੇਰੇ ਸਲਾਮ ਕਰਨ ਵਾਲੇ ਲੋਕ ਮੇਰੀਆਂ ਲਾਈਨਾਂ ਵਿੱਚ ਲੱਗੇ ਰਹਿਣ। ਸਲਾਮ ਕਰਨ ਵਾਲੇ ਚਾਹੀਦੇ, ਹਰ ਸੁਲਤਾਨ ਨੂੰ ਚਾਹੀਦੇ। ਉਹਦੇ ਰਾਜ ਦੀ ਨਿਸ਼ਾਨੀ ਹੈ। ਅਤੇ ਜੇ ਦੁਨੀਆਂ ਦੀ ਇਹ ਗੱਲ ਜਿਹੜੀ ਹੈ, ਇਹ ਕਿਆਫਾ ਜਿਹੜਾ ਹੈ ਸੱਚ ਹੈ, ਮਨ ਦੀ ਹਾਲਤ ਵੀ ਇਹੋ ਜਿਹੀ ਗੱਲ ਮੁੜ ਮਨ ਤੇ ਵੀ ਹੋਣਾ ਚਾਹੀਦਾ। ਮਨ ਦੀ ਹਾਲਤ ਵੀ ਮਨ ਰਾਜਾ, ਗੁਰੂ ਨੇ ਬਾਣੀ ਵਿੱਚ ਹੀ ਆਖਿਆ ਮਨ ਰਾਜਾ ਮਨ ਮਨ ਤੇ ਮੰਨਿਆ ਮਨ ਰਾਜਾ ਮਨ ਮਨ ਤੇ ਮੰਨਿਆ ਮਨ ਸਾਪਨੇ ਸਮਾਏ। ਸਭ ਤੋਂ ਕੀਮਤੀ ਰਿਆਸਤ ਤੇ ਰਾਜ ਕਰਦਾ ਉਹ ਹੈ ਤਨ, ਜਿਹਨੂੰ ਮੇਰੇ ਰੱਬ ਨੇ ਆਪ ਸਜਾਇਆ, ਜਿਹਨੂੰ ਛੱਡ ਕੇ ਕੋਈ ਜਾ ਕੇ ਮੁੜ ਕੇ ਆਪਣੀ ਮਰਜ਼ੀ ਨਾਲ ਉਸ ਰਿਆਸਤ ਵਿੱਚ ਆ ਨਹੀਂ ਸਕਦਾ। ਕਬੀਰ ਨੇ ਐਵੇਂ ਨਹੀਂ ਆਖਿਆ, ਕਬੀਰ ਇਹ ਤਨ ਜਾਏਗਾ, ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਓ ਬਹੋਰ, ਹੈ ਤੇਰੇ ਕੋਲ ਕੋਈ ਸ਼ਕਤੀ ਇਸ ਰਿਆਸਤ ਵਿੱਚੋਂ ਤੂੰ ਬਦਲ ਕੇ ਕਿਸੇ ਦੂਜੀ ਰਿਆਸਤ ਵਿੱਚ ਰਿਹਾਇਸ਼ ਕਰਨਾ ਚਾਹੇ ਕਰ ਸਕਣਾ, ਤੇਰੀ ਮਰਜ਼ੀ। ਇੱਕ ਦੇਸ਼ ਨੂੰ ਛੱਡ ਕੇ ਕਿਸੇ ਦੂਸਰੇ ਦੇਸ਼ ਦਾ ਵਤਨ ਦਾ ਵਤਨੀ ਹੋਣਾ ਚਾਹੇ ਤੇਰੀ ਮਰਜ਼ੀ। ਬਹੁਤ ਉਪਰਾਲੇ ਤੇ ਸਾਧਨ ਹੈ, ਪਰ ਇਹ ਤਨ ਜਿਹੜਾ
ਸਾਰਾ ਇਹ ਵੀ ਇੱਕ ਦੇਸ਼ ਹੈ ਗੁਰੂ ਨੇ ਬਾਣੀ ਵਿੱਚ ਵੀ ਇਸ ਨੂੰ ਦੇਸ਼ ਵਰਤ ਮੰਨਿਆ ਇਹ ਵੀ ਇੱਕ ਵਤਨ ਪਰ ਇਹ ਤੇਰੇ ਵਸ ਵਿੱਚ ਨਹੀਂ ਕਿ ਤੂੰ ਇਸ ਵਤਨ ਨੂੰ ਛੱਡ ਕੇ ਕਿਸੇ ਦੂਸਰੇ ਵਤਨ ਵਿੱਚ ਆਪਣੀ ਮਰਜ਼ੀ ਨਾਲ ਜਾ ਕੇ ਵਸੋ ਕਰ ਲੈ ਕਿਹੜਾ ਸ਼ਕਤੀਸ਼ਾਲੀ ਉਹ ਰਾਜਾ ਜਿਹੜਾ ਇਹਦੇ ਤੇ ਰਾਜ ਕਰਦਾ ਹੈ ਗੁਰੂ ਕਹਿੰਦੇ ਉਹ ਹੈ ਮਨ ਤਨ ਤੇ ਮਨ ਦਾ ਰਾਜ ਹੈ ਤਨ ਕੁਝ ਵੀ ਨਹੀਂ ਕਰ ਸਕਦਾ ਜੋ ਮਨ ਨਾ ਚਾਹੇ ਹਾਂ ਜੇ ਤਨ ਦਾ ਕੁਝ ਬਦਲਣਾ ਹੋਵੇ ਮਨ ਦਾ ਬਦਲਣਾ ਪਏਗਾ ਨਹੀਂ ਪਰ ਇਸ ਕਿਸੇ ਦੀ ਤਨ ਵਿਚਾਰ ਵਿਹਾਰ ਮਨ ਵਿਚਾਰ ਮਨ ਵਿਚਾਰ ਹੈ ਤਨ ਵਿਹਾਰ ਹੈ ਤਨ ਦਾ ਕੋਈ ਵਿਹਾਰ ਬਦਲਣਾ ਚਾਹੋ ਵੀ ਤਨ ਆ ਕਰੇ ਆ ਨਾ ਕਰੇ ਭਾਵ ਸੇਵਾ ਕਰੇ ਚੋਰੀ ਨਾ ਕਰੇ ਦੋਨੋਂ ਕੰਮ ਸਰੀਰ ਨੇ ਕਰਨੇ ਨੇ ਤਨ ਨੇ ਕਰਨੇ ਨੇ ਜੇ ਤੁਸੀਂ ਇਹਦਾ ਵਿਹਾਰ ਬਦਲਣਾ ਚਾਹੋ ਤੁਸੀਂ ਨਹੀਂ ਬਦਲ ਸਕਦੇ ਮਨ ਬਦਲਣਾ ਪਏਗਾ ਮਨ ਜਿਹੜਾ ਕੱਲ ਚੋਰੀ ਕਰਦਾ ਸੀ ਉਹਨੂੰ ਸੇਵਾ ਕਰਨ ਦਾ ਸੁਭਾਵ ਵਿਚਾਰ ਦੇਣਾ ਪਏਗਾ ਪਰ ਕਰੇਗਾ ਉਹ ਇਹੋ ਕਾਰਨ ਹੈ ਗੁਰੂ ਨੇ ਬਾਣੀ ਅੰਦਰ ਜਦੋਂ ਵੀ ਗਿਆਨ ਦਾ ਮਸਲਾ ਜਦੋਂ ਵੀ ਸੁਧਾਰ ਦਾ ਸਮਾਜ ਨੂੰ ਸੁਧਾਰਨ ਦਾ ਮਸਲਾ ਆਇਆ ਉਦੋਂ ਗੱਲ ਤਨ ਦੀ ਨਹੀਂ ਕੀਤੀ ਮਨ ਨੂੰ ਆਖਿਆ ਇਹਨੂੰ ਸਮਝਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਮਨ ਸਮਝਾਓ ਮਨ ਕਰ ਲੈ ਗੱਲਾਂ ਪੜ੍ਹੀਆਂ ਸੁਣੀਆਂ ਲਿਖੀਆਂ ਜਾਂਦੀਆਂ ਨੇ ਗ੍ਰੰਥ ਬਣ ਗਏ ਜਿਨ੍ਹਾਂ ਨੂੰ ਧਾਰਮਿਕ ਗ੍ਰੰਥ ਆਖਦੇ ਨੇ ਲਿਖਣ ਵਾਲਿਆਂ ਨੇ ਸਾਰੀ ਸਾਰੀ ਜ਼ਿੰਦਗੀ ਲਿਖਾ ਦਿੱਤੀ ਕਲਮਾਂ ਕੱਸ ਗਈਆਂ ਸਿਆਹੀ ਮੁੱਕ ਗਈ ਪਰ ਕਿਹੜੀ ਅਜੀਬ ਗੱਲ ਲਿਖਿਆ ਕਿ ਮਨ ਨੂੰ ਸਮਝਾਉਣ ਲਈ ਕੁਝ ਪ੍ਰਭੂ ਤਾਂ ਮਨ ਰਾਜਾ ਉਹ ਹੈ ਮਰਜ਼ੀ ਹੁੰਦੀ ਚੱਲ ਗਈ ਉਹਦੀ ਮਰਜ਼ੀ ਬਿਨਾਂ ਤਨ ਕੁਝ ਨਹੀਂ ਕਰ ਸਕਦਾ ਜੋ ਕੁਝ ਤੂੰ ਤਨ ਕੋਲੋਂ ਚਾਹੁੰਦਾ ਜੇ ਤੂੰ ਚਾਹੁੰਦਾ ਮਿੱਠਾ ਬੋਲੇ ਤੇ ਤੈਨੂੰ ਮਨ ਬਦਲਣਾ ਪਏਗਾ ਜੇ ਤੂੰ ਚਾਹੁੰਦਾ ਸੇਵਾ ਕਰੇ ਤੈਨੂੰ ਮਨ ਬਦਲਣਾ ਪਏਗਾ ਹਰ ਗੱਲ ਮਨ ਤੋਂ ਸ਼ੁਰੂ ਹੁੰਦੀ ਹੈ ਉਹਦਾ ਰਾਜ ਹੈ ਜੋ ਮੈਂ ਆਖਾਂ ਹੁਕਮ ਹਾਸਲ ਕਰੀ ਬੈਠਾ ਜੋ ਹੁਕਮ ਕਰਾਂ ਉਹ ਹਾਸਲ ਹੋ ਜਾਏ ਹਰ ਕੋਈ ਮੇਰੀ ਗੱਲ ਮੰਨੇ ਤਨ ਦਾ ਹਰ ਹਿੱਸਾ ਤਨ ਦਾ ਹਰ ਇੱਕ ਅੰਗ ਮਨ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਹੈ ਉਹ ਰਾਜਾ ਹੁਣ ਸੰਸਾਰ ਦੇ ਅੰਦਰ ਜਿਹਨੂੰ ਵੀ ਰਾਜ ਮਿਲ ਜਾਏ ਉਹ ਰਾਜ ਛੱਡਣਾ ਚਾਹੁੰਦਾ ਆ ਜਿੰਨੀਆਂ ਲੜਾਈਆਂ ਹੁੰਦੀਆਂ ਨੇ ਜਿੰਨੇ ਜੰਗ ਹੁੰਦੇ ਨੇ ਜਿੰਨੇ ਯੁੱਧ ਹੋਏ ਨੇ ਹਿਸਟਰੀ ਦੇ ਪ੍ਰਾਚੀਨ ਹਿਸਟਰੀ ਵੀ ਪੜ੍ਹ ਲਓ ਸਦੀਆਂ ਪੁਰਾਣੀ ਯੁਗਾਂ ਪੁਰਾਣੀ ਹਿਸਟਰੀ ਪੜ੍ਹ ਲਓ ਸਾਨੂੰ ਇਹ ਤੇ ਸਾਬਤ ਹੋ ਜਾਏਗਾ ਨਾ ਰਾਜਿਆਂ ਦੇ ਰਾਜ ਅੰਦਰ ਜੰਗ ਹੋਏ ਨੇ ਯੁੱਧ ਹੋਏ ਨੇ ਫੌਜਾਂ ਆਹਮੋ ਸਾਹਮਣੇ ਹੋਈਆਂ ਨੇ ਲੱਖਾਂ ਨਿਰਦੋਸ਼ ਵੀ ਮਾਰੇ ਗਏ ਨੇ ਪਰ ਉਹਦੇ ਪਿੱਛੇ ਖਿਆਲ ਤਾਂ ਵਕਤ ਦੇ ਰਾਜਿਆਂ ਦਾ ਇਹ ਸੀ ਨਾ ਕਿ ਮੇਰੀ ਸਲਾਮ ਕਰਨ ਵਾਲੇ ਮੇਰੇ ਸਾਹਮਣੇ ਨਾ ਖੱਟਣ ਉਹਨਾਂ ਦੀ ਸਲਾਮ ਦਾ ਉਹਨਾਂ ਦੇ ਸਾਹਮਣੇ ਸਲਾਮ ਕਰਨ ਵਾਲਿਆਂ ਦਾ ਮਸਲਾ ਹੈ ਉਹ ਆਪਣਾ ਰਾਜ ਨਹੀਂ ਛੱਡਣਾ ਚਾਹੁੰਦੇ ਹੁਣ ਜੇ ਸੰਸਾਰਿਕ ਲੋਕ ਆਪਣਾ ਰਾਜ ਨਹੀਂ ਛੱਡਣਾ ਚਾਹੁੰਦੇ ਮਨ ਕਿਉਂ ਛੱਡੇ ਇਹੋ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਆਖ ਦਿੱਤੀ ਤੇ ਇਹੋ ਗੱਲ ਬਾਬਾ ਕਬੀਰ ਨੇ
700 वर पहला कह दी ये ठीक कर। बाबा कबीर जी ने भी होगा लगी कहने लगे भी फौज रखनी सी राजे फौज क्यों रख दे क्योंकि सुल्तान हुआ मेल लश्कर जिन्नी किसी राजे की फौज मजबूत है ताकतवर है उन्हें ही होंगे राज महफूज ते मन ने सोच के ये जान के कि मैं बड़ा जालम ते मजबूत शक्तिशाली सिपा सलार फौजां दा आगू ओ निश्चित करा ताकि मेरा ये राज कायम रहे। यो गल बाबा कबीर ने आखी उन्हें सोच सोच के आख्या क्रोध नूं बादशाह अपने सिपा सलार बनावा उठे भी लफज है क्रोध प्रधान मां बड़ दुंदर तै मन मावासी राजा इथे गुरु तेग बहादुर साहब ने भी यो गल आखी कहन लगे साधो ए मन गयो ना ए मन नहीं पकड़िया वस विच नहीं आ सकता इहनू मैं किसे ढंग नाल भी सोचा ए मेरी मसले मेरी मर्जी ते आ जा बिल्कुल नहीं क्यों क्योंकि इन्हे भी अपना सिपा सलार उसे बनाया जिन्हें जिंदा नाम कबीर ने लिया वो कहता कठन क्रोध घट ही के भीतर आवे तो कई सी इत भी लफलो क्रोध जो है बड़ा कठन बड़ा शक्तिशाली इतने रुकना चाहिए उनका विरोधी शब्द की है क्रोध का विरोधी शब्द की है सहन शक्ति जिसनु सहनशीलता कहते हैं जिन्नी किसे विच सहनशीलता सहन शक्ति ज्यादा है उन्ना ही इफेक्टिव क्रोध नहीं हो सकता शुरुआत उत्थों होंदी जिथे सहन शक्ति खत्म हो जाए और बल्कि तरीक इन्हें पिछोकड़ में जाइए तो हैरान होता है। क्रोध एक सब तो कमजोर क्रिया है शक्तिशाली नहीं है बड़ी खतरनाक पिछले दिनों में सुरक्षा स्पीति की एक तो आई सी जिंदर जी गुरु ने आखे कहने लगे हे कल मूल क्रोध हे क्लेश दी जड़ क्रोध कल मूल क्लेश दी जड़ हे कल मूल क्रोध कदन च करना ना उपरज ते करना कहन दया नु हे क्रोध दया पैदा ही नहीं होने दिंदा तेरे घर दया दे कोई टिकाना ही नहीं हुण सोचो जिथे दया का कोई टिकाना नहीं उथे धर्म तो नहीं आ सकता तौल धर्म दया का पूत वो दया का पुत्र है इहदा मतलब क्रोधी आदमी धर्मी नहीं हो सकता लो इत्थे रुकना चाहता क्रोधी आदमी धर्मी नहीं हो सकता जदों तुरना होर होर रस्ते सामने आ जाते असी समझने भी तलवार क्रोध नाल ही चलती असी समझते हैं जंग लड़न वाला जोड़ा वो क्रोधी हो गए तो जिन्ना क्रोध हो गए वह गुस्से नाल ही लड़ता है बिल्कुल नहीं मतलब तो धर्म ही ना होया तलवार तो गुरु हरगोबिंद साहब जी के हाथ च भी आई
तलवार तो गुरु दशम पातशाह जी के हाथ में भी आई, मैदानी साहब भी गए तलवार पाई कि क्रोध ना क्योंकि क्रोधी धर्मी नहीं हो सकता, क्योंकि जिथे क्रोध आ जाए उथे दया नहीं रही, दया ना आए धर्म नहीं रहा। तो धर्म दया कपू कि कहना पिछले दिन एक लफ्ज कह सन ऑफेंस से डिफेंस विच की फर्क है। ऑफेंस वाले को भी हथियार ने, डिफेंस वाले भी को भी हथियार, पर लोगों ने जिथे लश्कर इकट्ठे फौजा इकट्ठिया कीतिया ने ना उस फौज के महकमे नू डिफेंस का महकमा आखिया, ऑफेंस का महकमा नहीं आखिया। क्योंकि डिफेंस जो है वो अपने बचाव ले लिए, अपने बचाव ले लिए, वो किसी को मारना नहीं चाहता, हाँ आप बचना चाहता। यही कारण है गुरु दसम पातशाह जी ने कोई जंग युद्ध ऑफेंसिव होके नहीं लड़िया, डिफेंसिव, क्योंकि मारना जड़ा चाहे वह क्रोधी होगा, क्योंकि इसे भी क्रोध में चंडाल लफज वरते गुरबाणी ने, लफज आए ने तो वो डूमड़ी तबो डूमड़ी तो दया तसाए पर निंदा कट चू चंडाल का नाम दिता गया। मैं एक बार की सी पिछले दिन अंदर कि चंडाल का आखरी अर्थ परिभाषा वो है वो मनुख जिहड़ा सिवियां विच रहिंदा है उन्हूं चंडाल आखदे, उनकी रहायश उत्थे है, वो आए हुए मुरदियां नूं जलाण दा काम करदा जिहड़ा आदमी उत्थे रहिंदा है, उनकी भला उत्थे कोई मुरदा ना आवे उनका काम बंद होंगे, उनका तो कारोबार है, उनका तो टाइम है, मुर्दियां तो उठे होना, वो तो मुर्दे चाहते, क्योंकि आए तो ताई के साथ कफन लगेगा तो उन्हें दिखता जाएगा, आसानी के रिवाज पाए नहीं या ना गलत कुछ पाए नहीं, ये ना मुर्दा लेके जाते नहीं उठे जिम्मे उठे कफन किसी ने चलाए होते हैं सब उन्होंने दे देंगे, वो फिर बेचारा गिनता ही रह जाता भी किन्ने एक मुर्दे आए ने किन्ने एक कफन इकट्ठे हो गए, उनका तो धंधा है उनकी खुशी उस बिच। इसलिए इनका मतलब वो मुर्दे चाहता है कोई मरे तो इतने आवे, तो जेड़ा मुर्दे चाहता है किसी का मरना लोचता है वो धार्मिक नहीं हो सकता। धर्मी नहीं हो सकता किसी के मन में अपना जीवन समझता, इसे क्रोध में एक लफज चंडाल का दिता गया, बल्कि गुरु ने बाणी में आखिया कलयुग की है कलेश का घर की है वह चंडाल के घर पैदा होया, कली का जन्म चंडाल के घर हो, कलयुग का जन्म ही उत्थे हो, कलेश पैदा ही उतों हो। जिन्हें संसार के लोग क्रोधी ने उन्हों तो ही संसार का कलेश पैदा होता है, जिन्हें भी पैदा हुए हैं हम देखना है कल क्रोध की है, क्रोध कोई बलवान नहीं जी और बलवानता चो पैदा भी नहीं होता, कमजोरी चो पैदा होता है, बड़ा कम जो जन्म लेंद कमजोरी विचो पैदा दूजे सहन ना अपने अर्ज की किसी भी सहन शक्ति की थुड़ जी है उतों क्रोध पैदा होता है, वो क्रोध जोड़ा है वह कई बार अपने आप से भी हो जाता है, कई बीमार होते उन्होंने बीमारी की पीड़ा है डॉक्टरों को जाते पीड़ा हारते हो
ते पीड़ा खत्म हो जाए, नहीं होंगी। डॉक्टर कह दिंदे ने उसका कोई इलाज नहीं है, पीड़ा तेनों इवें होंगी रहेगी। वह कहता बस मेरे को हम नहीं सही रहती। वह अपने आप से क्रोध करता है तो उन्होंने मार लेता है, सुसाइड क्रोध में मौत। हम जिन्हें सुसाइड की उन्होंने तो किसी ने थोड़ा क्रोध किया, उनकी अपनी सहन शक्ति गई। जे पीड़ा सहन जोगा होगा वो अपने आप से क्रोध ही ना होगा, वो क्योंकि पीड़ा सह नहीं सकिया। वो सहन शक्ति की अनहोंद जड़ी है वो क्रोध का जन्म है। इसका मतलब सहन शक्ति, शक्ति लफज सहन शक्ति नाल भर है, सहन नाल जुड़े है, लेकिन शक्ति लफज सहन नाल जुड़े है। शक्ति तो है जी, क्रोध में रोक के रख सकती, जी क्रोध नाल दो हथ कर सकती, इतने ना आई मैं बैठी हूं। और जिन्नी देर सहन शक्ति बैठी उन्नी देर क्रोध नहीं अंदर आ सकिया। बंद बंद कटे गया पर सहन शक्ति से कोई क्रोध नहीं आया। पत्तियां लोहा ते बैठा पर सहन शक्ति से कोई क्रोध नहीं आया। जिथे सहन शक्ति बैठी है उथे क्रोध नाल दो हाथ कर सकती। क्रोध बड़ा कमजोर जे आउंदा ही उथे जिथे सहन शक्ति खत्म हो जाए। सिर्फ नुकसान की है कि जदों ये आ जाता है ये इन्ना ज्ञानहीन है कि ये सोचन की ताकत ही नहीं रखता कि हुण मैं जिहड़ा नुकसान कर रहा वो अपना कर रहा कि किसे दा कर रहा। उदों इहदे कोल इन्नी सोच भी नहीं रहिंदी कि जे मैं जिंदे ते हमला कर रहा वो मेरे वालों ताकतवर ते नहीं, कितने अपना ही नुकसान ना कर पाउंदे। क्रोधी आदमी उदों ये नहीं सोच सकता। गुरु ने भी बाणी अंदर ये लफज क्यों क्यों आखे ने अगली लाइन में जिथे आखे ना कठिन क्रोध आदमी के भीतर सोच ज्ञान वो पैदा हुई क्योंकि सहन शक्ति ने। ते सहन शक्ति किसे एक धिर का मसला नहीं। कोई विद्वान दूजे विद्वान के सामने खड़ा ना हो सके, अपनी विद्या का मुजाहरा ना कर सकते, वो कहते नहीं हूँ इन मार दो क्यों इस इन दे सामने मैं खड़ा नहीं हो सकता। बड़ी सोहनी गल कहता है हर धनवान गरीब को खतरा है, निर्धन को खतरा है, निर्धन को खतरा है, हर बलवान किसी कमजोर को खतरा है। कहता है हर विद्वान किसी मूर्ख को खतरा है। क्यों? क्योंकि जिंदे कोई चीज नहीं वो बर्दाश्त नहीं करता, कमजोरी तो उनकी अपनी है, कमजोरी तो उनकी अपनी है, क्योंकि वो दूजे को बर्दाश्त नहीं करते, सहन शक्ति उनके को है नहीं। कहते हैं जे कभी आप देख रहे हो अजे अजे भी कई बार भाने वापरते हैं। अमेरिका पिछले दिनों की हो नाराज होया अपनी जॉब तो मालिक नाल बॉस नाल मुकाबला नहीं सी, शक्ति कोई नहीं सी, बेबस सी, की कर सकता सी बॉस नाल मालिक नाल, पर सहन शक्ति भी नहीं सी। उनका नतीजा निकलिया असहाय होके हाथ विच गन फड़ी 10-20-50 आदमी जाके निर्दोष किसी होटल विच मार दिते जिन्हां नालों दी दुश्मनी भी कोई नहीं सी।
ਜਿਨ੍ਹਾਂ ਨਾਲ ਉਹਨਾਂ ਦਾ ਵਿਰੋਧ ਵੀ ਹੋਇਆ, ਪਰ ਅੰਦਰ ਕ੍ਰੋਧ, ਕ੍ਰੋਧ ਨੇ ਉਹ ਜਿਹੜੀ ਸੀ ਨਾ ਸੋਚ ਸ਼ਕਤੀ ਉਹ ਖਤਮ ਕਰ ਦਿੱਤੀ। ਕ੍ਰੋਧ ਜਿਹੜਾ ਗਿਆਨ ਖਤਮ ਕਰਦਾ ਹੈ। ਗੁਰੂ ਨੇ ਵੀ ਬਾਣੀ ਵਿੱਚ ਕਿਉਂ ਆਖਿਆ, ਕਠਨ ਕ੍ਰੋਧ ਘੱਟ ਹੀ ਕੇ ਭੀਤਰ ਜੈ ਸੁਧ ਸਭ ਵਿਸਰਾਏ। ਕ੍ਰੋਧ ਦੀ ਨਿਸ਼ਾਨੀ ਹੁਣ ਦੇਖਣਾ ਵੀ ਇਸ ਕ੍ਰੋਧ ਦਾ ਇਲਾਜ ਕੀ ਹੈ। ਮੈਂ ਜਰਾ ਸੰਖੇਪ ਵਿੱਚ ਅੱਗੇ ਜਾਣਾ ਚਾਹੁੰਦਾ ਕਿਉਂਕਿ ਗੱਲ ਤਾਂ ਲੰਬੀ ਜਾਏ ਨਹੀਂ, ਪ੍ਰਮਾਣ ਪੜੇ ਨੇ ਇਸ ਸੰਬੰਧੀ ਦੇ। ਗੁਰੂ ਨੇ ਬਾਣੀ ਵਿੱਚ ਇੱਕ ਖਿਆਲ ਦੇ ਦਿੱਤਾ, ਕਹਿਣ ਲੱਗੇ ਕ੍ਰੋਧ ਕੋਲੋਂ ਬਚਿਆ ਕਿਵੇਂ ਚਾਹੇ, ਉਹ ਹੈ ਇਹਦਾ ਵਿਰੋਧੀ ਸ਼ਬਦ ਸਹਿਜ। ਤੇ ਸਹਿਜ ਦੀ ਅਵਸਥਾ ਕੀ ਹੈ, ਜਦੋਂ ਜੋ ਕੁਝ ਵਾਪਰ ਜਾਏ, ਜੋ ਕੁਝ ਹੋ ਰਿਹਾ ਹੈ ਉਹਦੇ ਵਿੱਚ ਸੰਤੁਸ਼ਟ ਰਹਿਣਾ। ਕ੍ਰੋਧ ਤਾਂ ਮਨੁੱਖ ਨੂੰ ਉਦੋਂ ਹੀ ਆਉਣਾ ਨਾ ਜਦੋਂ ਸੰਤੁਸ਼ਟ ਨਾ ਹੋਵੇਗਾ। ਤੇ ਗੁਰੂ ਕਹਿੰਦੇ ਨੇ ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਕਿਉਂ? ਕਿਉਂਕਿ ਗੁਰੂ ਤੈਨੂੰ ਇਹ ਸਮਝਾਏਗਾ ਭਲਿਆ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਲਪ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ। ਜਿਸ ਦਿਨ ਤੂੰ ਮਾਲਕ ਦੇ ਹੁਕਮ ਵਿੱਚ ਰਹਿਣਾ ਪਸੰਦ ਕਰੇਗਾ, ਜਿਸ ਦਿਨ ਤੈਨੂੰ ਹਰ ਸਮਾਂ ਜਿਹੜਾ ਤੇਰੇ 'ਤੇ ਲੰਘ ਰਿਹਾ ਉਹਦੇ ਵਿੱਚ ਸੰਤੁਸ਼ਟ ਰਹਿਣਾ ਆ ਜਾਏਗਾ, ਸਹਿਜ ਸ਼ਕਤੀ ਬਣ ਜਾਏਗੀ। ਗੁਰੂ ਨੇ ਕਿਉਂ ਆਖ ਦਿੱਤਾ ਬਾਣੀ ਅੰਦਰ, ਕਹਿਣ ਲੱਗੇ ਭਰਿਆ ਇੱਕ ਗਿਆਲ ਖਿਆਲ ਰੱਖੀ ਨਾਨਕ ਗੋਬਿੰਦ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਜੇ ਤੂੰ ਇਹ ਸਮਝ ਲੈ ਵੀ ਸੁੱਖ ਦੁੱਖ ਦੋ ਦੌਰ ਕੋ ਪੜੇ ਫਿਰ ਕੀ ਹੋਏਗਾ, ਦੁੱਖ ਤੋਂ ਘਬਰਾ ਕੇ ਫਿਰ ਸੁਸਾਈਡ ਨਹੀਂ ਕਰੇਗਾ, ਤੈਨੂੰ ਕ੍ਰੋਧ ਨਹੀਂ ਆਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸਹਿਜ ਸ਼ਕਤੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁਖ ਸਨੇਹ ਯਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣੇ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਪਮਾਨਾ, ਹਰ ਇੱਕ ਸੋਗ ਤੇ ਰਹੇ ਨੇ ਆਰੋ ਨਾ ਹੀ ਮਾਨ ਅਪਮਾਨਾ। ਅਪਮਾਨ ਅਪਮਾਨ ਨੂੰ ਸਹਿਣ ਕਰਨਾ ਕੋਈ ਆਸਾਨ ਹੈ? ਕੋਈ ਮੇਰੀ ਬੇਇੱਜ਼ਤੀ ਕਿਵੇਂ ਕਰ ਜਾਏ ਨੂੰ ਮਾਰ ਦਿਓ ਤਾਂ ਮੈਂ ਕੋਲ ਮੈਂ ਦੇ ਕੋਲੋਂ ਕੋਈ ਅਪਮਾਨ ਨਹੀਂ ਸਹਿ ਸਕਦਾ, ਨਹੀਂ ਸਹਿ ਸਕਦਾ। ਤੇ ਜੇ ਨਾ ਮਾਨ ਅਪਮਾਨਾਂ 'ਤੇ ਗੁਰੂ ਕੋਲੋਂ ਸਿੱਖ ਲਵੇ ਤਾਂ ਫਿਰ ਕਿਉਂ ਗੁੱਸਾ ਆਵੇ, ਫਿਰ ਕਿਉਂ ਕ੍ਰੋਧ ਆਵੇ? ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਰੱਬੀ ਹੁਕਮ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ ਜਿਹਨੂੰ ਸਹਿਜ ਆਖਦੇ ਨੇ। ਭਾਈ ਦੇ ਗੁਰਬਿਨ ਸਹਿਜ ਨਾ ਹੋਏ। ਅਗਲੇ ਪਾਸੇ ਕਹਿੰਦੇ ਨੇ ਸ਼ਬਦੋਂ ਹੀ ਸਹਿਜ ਉੱਪ ਜਾਏ, ਬਾਣੀ ਵਿੱਚੋਂ ਸਹਿਜ ਨਿਕਲਦਾ ਹੈ। ਉਹ ਸਹਿਜ ਕੀ ਹੈ? ਮਨੁੱਖ ਨੂੰ ਗੁਰੂ ਸਿਖਾਉਂਦਾ ਭਰਿਆ ਇੱਕ ਗੱਲ ਮਨ ਵਿੱਚ ਵਿਸ਼ਵਾਸ ਰੱਖ, ਜੋ ਕੁਝ ਹੋਣਾ ਹੈ ਰੱਬ ਦੀ ਮਰਜ਼ੀ ਅਨੁਸਾਰ ਹੋਣਾ, ਤੇਰੀ ਮਰਜ਼ੀ ਨਾਲ ਕੁਝ ਨਹੀਂ ਬਦਲਣਾ। ਉਹ ਮਨੁੱਖ ਤੇ ਕਿਹਾ ਹੋਇਆ ਹੈ ਜੋ ਤੇ ਸੁਭਾਵੇ ਸੋਈ ਕਰਾਵੇ, ਇਸ ਕੇ ਹੋ ਉਸ ਕੇ ਹੱਥ ਹੋਏ ਤਾਂ ਸਭ ਕੁਛ ਲੈ, ਜੋ ਤੇ ਸੁਭਾਵੇ ਸੋਈ ਕਰੇ। ਜਦੋਂ ਮਨੁੱਖ ਇਸ ਗੱਲ ਤੇ ਆ ਕੇ ਖੜਾ ਹੋ ਜਾਂਦਾ ਹੈ ਤਾਂ ਸਹਿਜ ਬਣਦਾ ਹੈ, ਤੇ ਉਹ ਹੀ ਸਹਿਜ ਸ਼ਕਤੀ ਬਣਦੀ। ਤੇ ਸਹਿਜ ਸ਼ਕਤੀ ਜਿੰਨੀ ਦੇਰ ਅੰਦਰ ਜਿਸ ਹੱਦ ਤੱਕ ਰਹੇਗੀ ਉਸ ਹੱਦ ਤੱਕ ਕ੍ਰੋਧ ਨਹੀਂ ਆ ਸਕੇਗਾ, ਤੇ ਜੇ ਕ੍ਰੋਧ ਨਿਰਬਲ ਹੋ ਗਿਆ ਤੇ ਮਨ ਵੀ ਰਾਜ, ਮਨ ਦਾ ਰਾਜ ਵੀ ਖਤਮ ਹੋ ਗਿਆ, ਕਿਉਂਕਿ ਮਨ ਤਾਂ ਖੜਾ ਹੀ ਹੁੰਦੇ ਸਾਰੇ। ਗੁਰੂ ਤੇਗ ਬਹਾਦਰ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਸਾਧੋ ਇਹ ਮਨ ਗਹਿਰਾ ਨਾ ਜਾਏ। ਕਿਉਂ? ਕਿਉਂਕਿ ਕਠਿਨ ਕ੍ਰੋਧ ਘੱਟ ਹੀ ਕੇ ਭੀਤਰ ਜੈ ਸੁਧ ਸਭ ਵਿਸਰਾਏ। ਤੇ ਬਾਬਾ ਕਬੀਰ ਜੀ ਨੇ ਵੀ ਇਹੋ ਇਹੋ ਗੱਲ ਕਹਿ ਦਿੱਤੀ, ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਤੈ ਮਨ ਮਾ ਵਾਸੀ ਰਾਜਾ। ਮਨ ਦਾ ਰਾਜ ਤੱਕ ਹੈ ਹੀ ਕ੍ਰੋਧ ਦੇ ਸਿਰ ਤੇ, ਤੇ ਜੇ ਤੂੰ ਸਹਿਣ ਸ਼ਕਤੀ ਪੈਦਾ ਕਰਨਾ ਹੈ, ਸਹਿਜ ਪੈਦਾ ਕਰਨਾ ਹੈ, ਰੱਬੀ ਹੁਕਮ ਵਿੱਚ ਰਹਿਣਾ ਜੀਵਨ ਦਾ ਮਨੋਰਥ ਬਣਾ ਲੈ, ਵਿਸ਼ਵਾਸ ਕਰ ਕ੍ਰੋਧ ਨਹੀਂ ਆਵੇਗਾ। ਤੇ ਜਿਸ ਦਿਨ ਕ੍ਰੋਧ ਦੀ
शक्ति खत्म हो गई, समझ ली तेरे मन का राज भी खत्म हो गया। फिर मन का राज हो गया, फिर गुरु शब्द का राज आ जाएगा। एहो गल सतगुरु जी ने अपनी रचना तो गुरु तेग बहादुर साहब के रूप में आखी कह जो भी जतन करते सब हारे, मन का राज खत्म करने लई जोगियों ने भी बड़ी कोशिश की थी। ताकि मन बस विच हो सके सद्दू ने बाणी विच आख्या, कहन लगे उन्होंने घर बार छड्या ग्रह ताज बन खंड जाई आए चुन खाई है कंदा, पर अजो बेकार न छोड़े ही पापी मन मंदा, उन्हां दी मर्जी न चली। जो भी जतन करते सब हारे, गुणी रहे गुण गाई, मेरा रब रहमत कीती दयाल होया, बस हर बिद बन गई के मन दे हथों राज खुस गया। जन नानक हर भय समझी बैठे हैं। मन ने भी बलवान समझ के ही अपना पहरेदार बनाया है, पर उन्होंने पता नहीं गुरु की बख्शी हुई सहनशीलता जी सहन शक्ति जी है इन्नी बलवान है, जिन्नी देर सहन शक्ति अंदर रहे उन्नी देर क्रोध कुछ नहीं बिगाड़ सकता। सिख को सहन शक्ति जी सहज का दूजा ना है, सहज का दूजा नाम सहन शक्ति है। उत्थे कोई मुकाबला नहीं, मनुख ने गुरु शब्द द्वारा अंदर सहन शक्ति पैदा करनी है, रब के हुक्म विच रहन दा सुभाव बनाना है, फिर कभी भी क्रोध मन का कुछ नहीं सवार सकेगा, हार जाएगा। गुरु बाणी विच कहते ने क्रोध नो बहमा बड़ धुंदर समझ के बड़ा लड़ाका है, लड़ाका है पर वो कादी लड़ाई है जिंदे विच उन्हूं अपना भी पता ना होवे मेरा ही नुकसान हो जाना है। सारी जिंदगी च क्रोध दे अधीन जिन्ना मनुख लड़दा ना वो अपना ही नुकसान करता है। इसलिए कह दिता जिहड़ा क्रोध है वह झंडा सिर्फ मारदा ही मारदा है, ਉਹਨੂੰ ਮੁੜਦਾ ਹੀ ਚਾਹੀਦਾ ਮੈਨੂੰ, ਉਹਨੂੰ ਇਹ ਨਹੀਂ ਮਸਲਾ ਵੀ ਇਹਨਾਂ ਨਾਲ ਮੇਰਾ ਕੀ ਸੌਰਦਾ ਹੈ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਸਮਝਾਈ ਹੈ ਇਹਨਾਂ ਸ਼ਬਦਾਂ ਨਾਲ ਮਾਤਾ ਦਾ ਚੇਤਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।